पंचायती चोणों का दौर तिखरा पे तो पंचायती के चाहवान उम्मीदवार वालों आपो अपने चोण प्रचार में तेजी लिया जा रही है। इस लैके अज संगत कलां दे दूसरी बार जो कि सरपंची की चोण लड़ रहे हैं साडे नाल मौजूद हैं, गलबात करांगे उन्होंने। हाँ जी भाजी, की नाम की है? रेशम सिंह जी। रेशम सिंह जी, किवें तुहानूं पिंड दे लोकां दा रिस्पोंस मिले? मैनूं रिस्पोंस जी 5 साल पहला मैं सेवा करी है लोगों की, तो चलो पिछली बार मान लो भी साडा बंदा हार गया सीगा, तो चलो लोगों का बसवा सीगा, ऐती लोगों ने फिर मैनू हल्लाशेरी दी है, तो पिंड कहता भी तेरे नाल है, तेरे काम कि तू 5 साल काम करे है, तो वो कामों को वेखते हुए असू अज लोग नाल देखते ही है। किस मुद्दे को लैके? मान लो मेन मुद्दा जी, कि नशे का मुद्दा बहुत बड़ा, जिहड़ा कोढ़ मंगू साढ़े पिंड जमड़िया होया, उहनूं असीं खत्म करना। दूजा पिंड की फिरनी है जी, ये बहुत मान लो भी बहुत वड्डी प्रॉब्लम है जी, कि यह हल करनी है। दूजा किसानां दे खाल, मतलब खालों की बहुत वड्डी प्रॉब्लम है जी, कि पिछले 40 साल तो नवे खाल नहीं बने। पहला उहनूं एक साडा नरेगा का जिहड़ा 5 साल पिछला 5 साल टप्पिया, उहदे च नरेगा का काम साडा बहुत घट चलिया, तो उहदा करके गरीबां ਨੂੰ ਵਿਚਾਰਿਆਂ ਨੂੰ ਜੇ ਰੁਜ਼ਗਾਰ ਮਿਲੂਗਾ ਤਾਂ ਫਿਰ ਹੀ ਚੁੱਲ੍ਹੇ ਚੱਲਣ। ਅਤੇ ਇਹ ਪਹਿਲ ਮੰਗ ਕਿਹੜੀ ਨਰੇਗਾ ਵਾਲੀ ਹੈ, ਇਹਨੂੰ ਮੰਨ ਲਓ ਵੀ ਵੱਧ ਤੋਂ ਵੱਧ ਜਿੰਨਿਆਂ ਵੀ ਮੰਨ ਲਓ ਵੀ ਸਰਕਾਰ ਦੇ ਰੂਲਾਂ ਮੁਤਾਬਕ ਉਦੋਂ ਵੱਧ ਅਸੀਂ ਮਦਦ ਕਰਾਂਗੇ। ਅਤੇ ਜੋ ਵੀ ਮੁੱਦੇ ਹੈਗੇ ਆ, ਮੇਨ ਮੰਨ ਲਓ ਵੀ ਮੁੱਦਾ ਸਾਡਾ ਪਾਣੀ ਦਾ ਮੁੱਦਾ, ਨਹਿਰੀ ਪਾਣੀ ਦੀ ਸਾਡੀ ਪ੍ਰੋਬਲਮ ਹੈ, ਉਹਦਾ ਵੀ ਹੱਲ ਕਰਾਂਗੇ। ਵਾਟਰ ਬਕਸ ਹੈ ਸਾਡਾ, ਹੁਣ ਵਾਟਰ ਬਕਸ ਥੋੜ੍ਹਾ ਜਿਹਾ ਛੋਟਾ ਰਹਿ ਗਿਆ, ਉਹਨੂੰ ਵੀ ਪੂਰੀ ਕੋਸ਼ਿਸ਼ ਕਰਾਂਗੇ ਵੀ ਉਹਦਾ ਇੱਕ ਡੱਗ ਹੋਰ ਬਣਾਇਆ ਜਾਵੇ, ਟੈਂਕੀ ਹੋਰ ਬਣਾਈ ਜਾਵੇ। ਮੁੱਦੇ ਬਹੁਤ ਹੈ ਜਿਹੜੇ ਕਿ ਹੱਲ ਕਰਨ ਵਾਲੇ ਆ। ਅੱਜ ਦੀ ਨੌਜਵਾਨ ਪੀੜ੍ਹੀ ਵਾਸਤੇ ਕੀ ਤੁਹਾਡਾ ਮੇਨ? ਨੌਜਵਾਨ ਪੀੜ੍ਹੀ ਨੂੰ ਤਾਂ ਇਹ ਕਹਿੰਦੇ ਆ ਵੀ ਖੇਡਾਂ ਵੱਲ ਧਿਆਨ ਦੇਣ, ਅਤੇ ਜਿਹੜਾ ਸਾਡਾ ਪੰਚਾਇਤ ਦਾ ਕੰਮ ਹੈ ਉਹ ਅਸੀਂ ਨੌਜਵਾਨ ਨੂੰ ਪੂਰਾ ਸਹਿਯੋਗ ਦੇਵਾਂਗੇ, ਗਰਾਊਂਡ ਬਣਾ ਕੇ ਦੇਵਾਂਗੇ, ਰੱਬ ਸੁੱਖ ਰੱਖੇ ਲੋਕਾਂ ਦਾ ਵਸਵਾ ਮਿਲੇ, ਸਟੇਡੀਅਮ ਦੀ ਵੀ ਮੰਗ ਰੱਖਾਂਗੇ, ਅਤੇ ਕੋਈ ਕਸਰ ਨਹੀਂ ਛੱਡਾਂਗੇ, ਮੰਨ ਲਓ ਵੀ ਕੰਮ ਕਾਰ ਕਰੀਏ। ਜੇਕਰ ਆਪਾਂ ਦੇਖੀਏ ਇੱਕ ਮੰਨ ਲਓ ਵੀ ਨੌਜਵਾਨਾਂ ਨੂੰ ਤਾਂ ਇਹੀ ਬੇਨਤੀ ਕਰਦਾ ਵੀ ਨਸ਼ਿਆਂ ਤੋਂ ਦੂਰ ਰਹਿਣ, ਜੇ ਅੰਦਰੋਂ ਹੀ ਜਾਗ ਜਾਗੂ ਨਾ ਬੱਚਿਆਂ ਦੇ ਤਾਂ ਫਿਰ ਹੀ ਨਸ਼ੇ ਛੱਡਣਗੇ, ਅਤੇ ਅਸੀਂ ਪੂਰਾ ਸਹਿਯੋਗ ਦੇਵਾਂਗੇ। ਅਤੇ ਵੱਡੀ ਗੱਲ ਹੈ ਵੀ ਜਿਹੜੇ ਮਸਲੇ ਆ ਪਿੰਡ ਦੇ ਮਸਲੇ ਹੋਣਗੇ ਵੀ ਉਹ ਥਾਣੇ ਜਾਣ ਤੋਂ ਬਿਨਾਂ ਜਿਹੜੇ ਕਿ ਉਹ ਪੰਚਾਇਤ 'ਚ ਹੀ ਮੁਕਾਏ ਜਾਣ, ਪਹਿਲ ਇਹ ਗੱਲਾਂ ਨੂੰ ਪਹਿਲ ਦੇਵਾਂਗੇ। ਜਿੰਨੇ ਵੀ ਮਸਲੇ ਹੈਗੇ ਆ ਕਿਸਾਨਾਂ ਦਾ, ਗਰੀਬਾਂ ਦਾ, ਦੁਕਾਨਦਾਰਾਂ ਦਾ, ਉਹਨੂੰ ਪਹਿਲ ਦੇ ਦਾਂਗੇ। ਜੇਕਰ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਨਸ਼ਾ ਇਸ ਟਾਈਮ ਕਿੰਨਾ? ਨਸ਼ਾ ਪਿੰਡ 'ਚ ਹੈਗਾ, ਮੁੰਡੇ ਬਹੁਤ ਘਰਾਂ ਦੇ ਘਰ 40-45 ਘਰਾਂ ਦੇ ਮੁੰਡੇ ਮਰ ਗਏ ਪਿਛਲੇ ਸਾਲ 1.5 ਸਾਲ 'ਚ, ਉਹਦਾ ਬੜਾ ਦੁੱਖ ਹੈ। ਅਤੇ ਕੋਸ਼ਿਸ਼ ਕਰਦੇ ਹਾਂ ਪਰ ਇਹਨੂੰ ਹੌਲੀ ਹੌਲੀ 'ਚ ਇਹ ਕੋਈ ਟਾਈਮ ਲੱਗੂਗਾ ਇਹਨੂੰ ਕੰਟਰੋਲ ਕਰਨਾ। ਪਿੰਡ ਦੇ ਹੋਰ ਵੀ ਬਥੇਰੇ ਮਸਲੇ ਹੋਣਗੇ, ਬਹੁਤ ਮਸਲੇ, ਲਾਇਬ੍ਰੇਰੀ ਵਗੈਰਾ। ਹਾਂ, ਲਾਇਬ੍ਰੇਰੀ ਦੀ ਬਹੁਤ ਵੱਡੀ ਸਮੱਸਿਆ ਹੈਗੀ ਹੈ। ਜਿੰਮ ਪਿਛਲੇ 5 ਸਾਲਾਂ 'ਚ ਮੰਨ ਲਓ ਵੀ ਪਿਛਲੀ ਸਰਕਾਰ ਨੇ ਕੋਈ ਮੰਨ ਲਓ ਪੰਚਾਇਤ ਨੂੰ ਕੋਈ ਫੰਡ ਨਹੀਂ ਦਿੱਤਾ, ਇੱਕ ਪੈਸਾ ਵੀ ਫੰਡ ਨਹੀਂ ਆਇਆ, ਜਿਹੜਾ ਪੈਸਾ ਮੰਨ ਲਓ ਸੈਂਟਰ ਕੋਲੋਂ ਆਇਆ ਪੰਜਾਬ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ 'ਚ, ਉਹਨੇ ਕੋਈ 2.5 ਸਾਲ ਦੇ ਵਿੱਚ ਉਹਨੇ ਸਰਕਾਰ ਇਹ 2.5 ਸਾਲ ਨੇ ਕੁਛ ਨਾ ਕੁਛ ਫੰਡ ਦਿੱਤੇ ਆ, ਮਤਲਬ ਹੁਣ ਗਲੀਆਂ ਬਣੀ ਜਾਂਦੀਆਂ ਅਤੇ ਕੰਮ ਚੱਲੀ ਵੀ ਜਾਂਦੇ ਆ, ਅਤੇ ਜੇ ਕੋਈ ਮਿਲਾਂਗੇ ਅਤੇ ਲੋਕਾਂ ਦਾ ਵਸਵਾ ਮਿਲ ਗਿਆ ਸਾਨੂੰ ਚਿਤਾ ਦਾ, ਅਤੇ ਕੋਈ ਮਸਲਾ ਰਹਿਣ ਨਹੀਂ ਦਿੱਤਾ। ਨੌਜਵਾਨ ਵੀ ਹਾਜ਼ਰ ਹਨ ਜੋ ਕਿ ਇਸ ਸਰਪੰਚ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇ ਰਹੇ ਹਨ, ਤਾਂ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਹਾਂਜੀ ਭਾਅ ਜੀ, ਕੀ ਨਾਮ ਕੀ? ਲਵਪ੍ਰੀਤ ਸਿੰਘ। ਲਵਪ੍ਰੀਤ ਜੀ, ਅੱਜ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਆਏ ਹੋ, ਕੀ ਕਹਿਣਾ ਚਾਹੋਗੇ? ਅਸੀਂ ਸਰਦਾਰ ਰੇਸ਼ਮ ਸਿੰਘ ਸਿੱਧੂ ਦੇ ਨਾਲ ਸਾਡਾ ਤੁਰਨ ਦਾ ਮਕਸਦ ਹੀ ਹੈ, ਅਸੀਂ ਉਹਨਾਂ ਕੋਲ ਪਹਿਲੀ ਮੰਗ ਰੱਖੀ ਸੀ ਵੀ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਹੋਣੀ, ਬੰਦੇ ਲਿਟਰੇਚਰ ਨਾਲ ਜੁੜਨਗੇ, ਲਿਟਰੇਚਰ ਨਾਲ ਜੁੜਨਗੇ ਦਿਮਾਗ ਖੁੱਲੂ ਬੰਦਿਆਂ ਦਾ, ਹੈ ਨਾ ਜੀ, ਬੰਦੇ ਸਿਆਣੇ ਹੋਣਗੇ ਨਸ਼ਿਆਂ ਤੋਂ ਦੂਰ ਰਹਿਣਗੇ। ਦੂਜੀ ਗੱਲ, ਅਸੀਂ ਜਿਹੜਾ ਅਸੀਂ ਨੌਜਵਾਨ 10-20 ਮੁੰਡਿਆਂ ਨੇ ਜਾ ਕੇ ਸਰਪੰਚ ਸਾਹਿਬ ਨਾਲ ਗੱਲ ਕੀਤੀ ਵੀ ਸਾਨੂੰ ਗਰਾਊਂਡ ਦੇ ਵਿੱਚ ਇੱਕ DB ਮਾਸਟਰ ਜਾਂ ਰਿਟਾਇਰ ਪਾਉਣਾ ਸਾਨੂੰ ਚਾਹੀਦਾ, ਇੱਕ ਸਾਲ ਦੇ ਵਿੱਚ ਮੰਨ ਕੇ ਚੱਲੋ ਉਹਦਾ ਜਿੰਨਾ ਵੀ ਹੋਊਗਾ ਖਰਚਾ ਉਹ ਸਾਨੂੰ ਪੰਚਾਇਤ ਦੇਊਗਾ, ਕਿ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਨੂੰ DB ਮਾਸਟਰ ਵੀ ਗਰਾਊਂਡ ਦੇ ਵਿੱਚ ਮਿਲੂਗਾ, ਅਤੇ ਇੱਕ ਪਬਲਿਕ ਲਾਇਬ੍ਰੇਰੀ ਭਾਵੇਂ ਇੱਕ ਸ਼ੁਰੂ 'ਚ ਆਪਾਂ ਛੋਟੀ ਬਣਾ ਲਈ ਹੌਲੀ ਹੌਲੀ ਉਹਨੂੰ ਡਿਵੈਲਪ ਕਰ ਲਈ। ਪਿਛਲੇ 5 ਸਾਲਾਂ ਦੇ ਵਿੱਚ ਵੀ ਰਾਜੇਸ਼ ਮਿਲਗੇ ਪ੍ਰਿਆਲ ਨੇ ਸਰਪੰਚੀ ਇਸ ਪਿੰਡ ਦੇ ਵਿੱਚ ਕੀਤੀ ਹੈ, ਉਸ ਟਾਈਮ ਦੇ ਵਿੱਚ ਕੋਈ ਵਿਕਾਸ ਕਾਰਜ ਕਿੰਨੇ ਕੀਤੇ, ਕਿੰਨੇ ਕੁ ਬਾਕੀ ਰਹੇ? ਉਦੋਂ ਜਿੰਮ ਸੀਗੀ ਜੀ, ਉਦੋਂ ਜਿੰਮ ਵੀ ਸੀਗੀ ਜੀ, ਵਾਟਰ ਬਾਕਸ ਦਾ ਕੰਮ ਹੋਇਆ, ਆਪਣੇ ਲਾਈਟਾਂ ਲੱਗੀਆਂ ਜੀ, ਲਾਈਟਾਂ ਵੀ ਲਵਾਈਆਂ, ਬਹੁਤ ਕੰਮ ਹੋਇਆ ਜੀ, ਬਾਲੀਵੁੱਡ ਟਰੈਕ
ਵਧੀਆ ਮੰਨ ਲਓ ਜਦੋਂ ਅੱਜ ਤੋਂ ਉਹ ਗੱਲ ਹੈਗੀ ਆ 5-7 ਸਾਲ ਪਹਿਲਾਂ ਉਦੋਂ ਸਾਡੇ ਗਰਾਊਂਡ ਦੇ ਵਿੱਚ ਬਾਈ ਜੀ 90 ਤੋਂ 95 ਮੁੰਡੇ ਆਪਣੇ ਹੁੰਦੇ ਖੇਡਣ ਵਾਲੇ ਅਸੀਂ ਜਦੋਂ ਨਾ 9ਵੀਂ 10ਵੀਂ 'ਚ ਹੁੰਦੇ ਸੀ ਤਾਂ ਸਾਡਾ ਸਕੂਲੋਂ ਆ ਕੇ ਕੀ ਧਿਆਨ ਹੁੰਦਾ ਸੀਗਾ ਵੀ ਗਰਾਊਂਡ 'ਚ ਚੱਲੇ ਗਰਾਊਂਡ 'ਚ ਚੱਲ ਗਏ ਸਾਡੇ ਕ੍ਰਿਕਟ ਦਾ ਟੂਰਨਾਮੈਂਟ ਹੋਣਾ ਕਬੱਡੀ ਦਾ ਟੂਰਨਾਮੈਂਟ ਹੋਣਾ ਜਾ ਕੇ ਗਰਾਊਂਡ 'ਤੇ ਖੇਡਦੇ ਜਿਹੜਾ ਅਗਲਾ ਟੂਰ ਆਇਆ 9ਵੀਂ 10ਵੀਂ ਵਾਲੇ ਜਵਾਕਾਂ ਨੂੰ ਗਰਾਊਂਡ ਦੇ ਵਿੱਚ ਐਕਟੀਵਿਟੀ ਐਕਟੀਵਿਟੀ ਨਾ ਮਿਲਣ ਕਾਰਨ ਜਵਾਕਾਂ ਦਾ ਰੁਝਾਨ ਨਸ਼ਾ ਕਰਨ ਦਾ बहुत वधिया बहुत वधिया रिस्पोंस मिल रहा जी सारा पिंड साडे नाल बाकी वाहेगुरु मेहर करे पंचायत बने जिले लोगों का वादे बहुत बड़ी जिम सी बहुत बड़ी जिम सी जी कि सारा 5-4 पिंड नौजवान जो जिम लाने चलते हूँ साड़ी जिम जो खत्म जिम वाला कमरा भी खत्म होगा टीके लाने वास्ते वरता जाए अभी पिछले 5 साल से टीका जे अगली बार लोग फतवा देंगे ताकि ਸਾਨੂੰ ਉਹਨਾਂ ਦਾ ਪੂਰਾ ਭਰੋਸਾ ਜੀ ਉਹਨਾਂ ਨੇ ਯਕੀਨ ਵੀ ਦਵਾਇਆ ਕਿ ਇਸ ਗਰਾਊਂਡ ਦੇ ਵਿੱਚ ਫਿਰ ਸਟੈਗ ਵੀ ਬਣਿਆ ਜਾਊਗਾ ਪਹਿਲਾਂ ਉਹਨਾਂ ਨੇ ਵਾਲੀਬਾਲ ਦਾ ਵੀ ਨੈੱਟ ਕਵਰਿੰਗ ਲਵਾ ਕੇ ਦਿੱਤੀ ਸੀਗੀ ਅਤੇ ਹੁਣ ਵੀ ਅੱਗੇ ਵੀ ਜਿੰਮ ਬਾਰੇ ਵੀ ਉਹਨਾਂ ਨਾਲ ਗੱਲ ਕੀਤੀ ਗਈ ਹੈ ਬਾਰੇ ਪਿੰਡ ਦੇ ਲੋਕਾਂ ਵੱਲੋਂ ਕਿਸ ਤਰ੍ਹਾਂ ਰਿਸਪੌਂਸ ਦਿੱਤਾ ਪਿੰਡ ਦੇ ਲੋਕਾਂ ਵੱਲੋਂ ਬਹੁਤ ਵਧੀਆ ਰਿਸਪੌਂਸ ਦਿੱਤਾ ਜਾ ਰਿਹਾ ਹੈਗਾ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਵੀ ਰੇਸ਼ਮ ਸਿੰਘ ਜੀ ਅੱਗੇ ਆਵੇ ਤਾਂ ਹੀ ਕੰਮ ਚੱਲਦਾ ਅੱਗੇ ਬਾਅਦ ਸਾਰੇ ਸਾਡੇ ਨਰੇਗਾ ਵਾਲੇ ਵੀ ਗਾਲਾਂ ਕੱਢ ਰਹੇ ਆ ਵੀ ਨਰੇਗਾ ਦਾ ਕੰਮ ਨਹੀਂ ਚੱਲਦਾ ਜਿਹਨਾਂ 'ਚ ਰੇਸ਼ਮ ਸਰਪੰਚ ਨੇ ਆਪਦੇ ਪਲਾਨ ਦੇ ਵਿੱਚ ਸਰਪੰਚ ਜੀ ਕੀਤੇ ਉਦੋਂ ਵੀ ਸਾਡੇ ਛੱਪੜ ਪੱਟੇ ਗਏ ਜੇ ਹੁਣ ਸਾਡੇ ਛੱਪੜ ਦਾ ਐਡਾ ਮੰਦਾ ਹਾਲ ਆ ਵੀ ਸੀਵਰ ਦਾ ਪਾਣੀ ਵੀ ਐਡਾ ਗੰਦਾ ਨਹੀਂ ਪੰਜਾਬੀ ਖਬਰਾਂ ਲਈ ਸੰਗਤ ਮੰਡੀ ਤੋਂ ਬਲਵੀਰ ਵੀਰਾ ਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।